ਪੰਜਾਬ ਦੀ ਸਤਾ ਧਿਰ ਦੇ ਮੁੱਖ ਮੰਤਰੀ ਸਮੇਤ ਉਹਨਾਂ ਦੀ ਪੂਰੀ ਕੈਬਨਿਟ ਜਲੰਧਰ ਪੱਛਮੀ ਦੇ ਵਿੱਚ ਨਜ਼ਰ ਆਉਂਦੀ ਹੈ ਸਾਡੇ ਨਾਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੌਜੂਦ ਨੇ ਚੀਮਾ ਸਾਹਿਬ ਪੂਰਾ ਜੋਰ ਲੱਗ ਰਿਹਾ ਹੈ ਮੁੱਖ ਮੰਤਰੀ ਸਾਹਿਬ ਵੀ ਪਰਿਵਾਰ ਸਮੇਤ ਲੱਗੇ ਹੋਏ ਨੇ ਕੀ ਲੱਗਦਾ ਹੈ ਇੰਨੀ ਇੱਥੇ ਜਿਹੜੀ ਲੜਾਈ ਹੈ ਤੁਹਾਨੂੰ ਫਸਵੀਂ ਲੱਗਦੀ ਹੈ ਕਿ ਜਿੱਥੇ ਹਲਕਾ ਜਿਹਾ ਵੀ ਰਿਸਕ ਲੈਣਾ ਚਾਹੁੰਦੇ ਆ ਦੇਖੋ ਇਲੈਕਸ਼ਨ ਕੋਈ ਵੀ ਹੋਵੇ ਚਾਹੇ ਉਹ ਮੈਸਮੇਦ ਸਰਪੰਚ ਦੀ ਆ ਚਾਹੇ ਐਮਐਲਏ ਦੀ ਹੈ ਚਾਹੇ ਮੈਂਬਰ ਪਾਰਲੀਮੈਂਟ ਦੀ ਹੋ ਉੱਥੇ ਲੜਾਈ ਡਟਵੀਂ ਹੁੰਦੀ ਆ ਔਰ ਪੋਲਿਟਿਕਲ ਪਾਰਟੀਆਂ ਆਪਣਾ ਆਪਣਾ ਅਜੰਡਾ ਰੱਖਦੀਆਂ ਨੇ ਕਿਆਂ ਔਰ ਆਪਣਾ ਕੰਮ ਰੱਖਦੀਆਂ ਨੇ ਸਵਾਮਾ ਵੀ ਪਾਰਟੀ ਆਪਣਾ ਅਜੰਡਾ ਪਾਰਟੀ ਦੇ ਸਿਧਾਂਤ ਪਾਰਟੀ ਨੇ ਹੁਣ ਤੱਕ ਪੰਜਾਬ 'ਚ ਦੋ ਸਾਲਾਂ 'ਚ ਕੀ ਕੀਤਾ ਉਹ ਲੈ ਕੇ ਘਰ ਘਰ ਜਾ ਰਹੀ ਹੈਗੀ ਔਰ ਸਾਨੂੰ ਰਿਸਪੌਂਸ ਮਿਲ ਰਿਹਾ ਪਾਰੀ ਪਿਆਰ ਸਤਿਕਾਰ ਮਿਲ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਕੋਲੇ ਆਮ ਆਦਮੀ ਪਾਰਟੀ ਨੂੰ ਜ਼ਰਿੰਦਰ ਬੈਸ ਦੇ ਲੋਕਾਂ ਨੇ 222 ਜਿਤਾਇਆ ਸੀਗਾ ਵੱਡੇ ਮਾਰਜਿਨ ਨਾਲ ਜਿਤਾਇਆ ਸੀਗਾ ਠੀਕ ਆ ਉਹ ਵਿਅਕਤੀ ਬਸ਼ੇਰ ਜਿਹੜਾ ਸੀ ਉਹ ਧੋਖਾ ਦੇ ਗਿਆ ਉਹਨੇ ਜਗਨਦਰ ਬਸ ਦੇ ਲੋਕਾਂ ਨਾਲ ਧੋਖਾ ਕੀਤਾ ਉਹਨਾਂ ਦੀ ਪਿੱਠ ਸ਼ਰਾ ਮਾਰਿਆ ਆਮ ਆਦਮੀ ਪਾਰਟੀ ਦੀ ਪਿੱਠ ਸ਼ਰਾ ਮਾਰਿਆ ਥੋੜਾ ਜਿਹਾ ਲੋਭ ਲਾਲਚ ਦੀ ਲਈ ਜੋ ਜਿਹੜਾ ਭਾਰਤੀ ਜਨਤਾ ਪਾਰਟੀ ਚ ਰਹਿ ਗਿਆ ਪਰ ਲੇਕ ਲੋਕ ਛੇੜ ਦੇ ਦੇ ਜਗਨਦਰ ਬਸ ਦੇ ਉਹ ਅੱਜ ਵੀ ਆਮ ਆਦਮੀ ਪਾਰਟੀ ਨਾਲ ਖੜੇ ਨੇਗੇ ਔਰ ਜਦੋਂ 10 ਤਰੀਕ ਨੂੰ ਵੋਟਾਂ ਪੈਣੀਆਂ ਨੇ ਸਭ ਤੋਂ ਵੱਡੀ ਗਿਣਤੀ ਆਮ ਆਦਮੀ ਪਾਰਟੀ ਨੂੰ ਵੋਟਾਂ ਪੈਣਗੀਆਂ ਔਰ 13 ਨੂੰ ਰਿਜ਼ਲਟ ਆਊਗਾ ਮੈਂ ਤੁਹਾਡੇ ਚੈਨਲ ਤੇ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਦੀ ਕਾਂਗਰਸ ਪਾਰਟੀ ਜਮਾਨਤ ਜਿਹੜੀ ਹੈ ਉਹ ਜप्त ਹੋਊਗੀ ਚਮਸਾਪ ਕਿਉਂਕਿ ਇਹ ਸਿਆਸੀ ਕੁਸ਼ਤੀ ਆ ਤਾਂ ਆਮ ਕੁਸ਼ਤੀ ਦੇ ਵਿੱਚ ਦੋ ਪਲਵਾਨ ਖੋਲਦੇ ਆ ਤੇ ਪਰ ਇਹ ਸਿਆਸੀ ਖੁੱਲੀ ਕੁਸ਼ਤੀ ਆ ਜਿਹਦੇ ਵਿੱਚ ਇਕੱਠੇ ਚਾਰ ਪੰਜ ਪਲਵਾਨ ਨਿਤਰੇਵੇ ਆ ਇੱਕ ਤਾਂ ਹੁੰਦਾ ਹੈ ਕਿ ਸਿਰਫ ਕੁਸ਼ਤੀ ਚੱਲਦੀ ਹੈ ਇੱਥੇ ਕੁਸ਼ਤੀ ਦੇ ਨਾਲ ਨਾਲ ਥੋੜੇ ਜਿਹਾ ਫਾਉਲ ਯਾਨੀ ਚੁੰਡੀਆਂ ਇਲਜ਼ਾਮਬਾਜ਼ੀ ਦੀਆਂ ਦੂਸ਼ਣਬਾਜ਼ੀਆਂ ਚੁੰਡੀਆਂ ਹੀ ਵੱਡੀਆਂ ਜਾ ਰਹੀਆਂ ਤੇ ਥੋੜੇ ਆਲੇ ਪਾਸੇ ਜਾਦੇ ਵੱਡੀਆਂ ਜਾ ਰਹੀਆਂ ਸ਼ੀਤਲ ਉਂਗਰਾਲ ਵੱਡੇ ਅਲੀਗੇਸ਼ਨ ਲਾ ਰਿਆ ਭ੍ਰਿਸ਼ਟਾਚਾਰ ਦੇ ਖਿਲਾਫ ਸਰਕਾਰ ਦਾਵਾ ਕਰਦੀ ਹੈ ਉਹ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਿਆ ਅ ਦੇਖੋ ਮੈਸਾਂ ਦਾ ਜਦੋਂ ਵੀ ਇਲੈਕਸ਼ਨ ਹੁੰਦੀ ਆ ਇਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਬਹੁਤ ਜ਼ਿਆਦਾ ਸਾਹਮਣੇ ਆਉਂਦੀ ਆ ਜਦੋਂ ਇਲੈਕਸ਼ਨ ਖਤਮ ਹੋ ਜਾਂਦੀ ਆ ਜਾਂ ਇਲੈਕਸ਼ਨ ਤੋਂ ਪਹਿਲਾਂ ਕਦੇ ਇਲਜ਼ਾਮਬਾਜ਼ੀ ਦਿਖਦੀ ਨਹੀਂ ਹੈਗੀ ਸੋ ਲੋਕਾਂ ਨੂੰ ਪਤਾਗਾ ਕਿ ਉਹ ਭ੍ਰਿਸ਼ਟਾਚਾਰੀ ਖੁਦ ਆ ਇਸੇ ਗੱਲ ਕਰਕੇ ਦੋਸ਼ ਲਾ ਰਿਹਾ ਹੈਗਾ ਸਾਡੀ ਸਰਕਾਰ ਜਿਹੜੀ ਆ ਲਗਾਤਾਰ ਭ੍ਰਿਸ਼ਟਾਚਾਰ ਦੇ ਖਿਲਾਫ ਕੰਮ ਕਰ ਰਹੀ ਆ ਲਗਾਤਾਰ ਅਸੀਂ ਭ੍ਰਿਸ਼ਟਾਚਾਰੀਆਂ ਨੂੰ ਫੜ ਕੇ ਚੇਲਾਂ 'ਚ ਡੱਕ ਰਹੇ ਆ ਪਹਿਲੀ ਸਰਕਾਰ ਆ ਜਿਹੜੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਨਾਂ ਤੇ ਹੋਂਦ ਵਿੱਚ ਆਈਆ ਸੋ ਇਸੇ ਗੱਲ ਕਰਕੇ ਅਸੀਂ ਉਸੇ ਸਿਧਾਂਤ ਤੇ ਅੱਜ ਵੀ ਕਾਇਮ ਆ ਔਰ ਭ੍ਰਿਸ਼ਟਾਚਾਰ ਦੇ ਖਿਲਾਫ ਸਾਡਾ ਵੱਡਾ ਹੱਲਾ ਜਾਰੀ ਆ ਸੋ ਇਹ ਜਿਹੜਾ ਕਿਤਨਾ ਕਿਤੇ ਜਿਹਦੇ ਬਾਰੇ ਤੁਸੀਂ ਗੱਲ ਕਰਦੇ ਹੋ ਉਹ ਮੈਸਮ ਦਾ ਭ੍ਰਿਸ਼ਟਾਚਾਰੀਆਂ ਦੇ ਹੱਕ ਚ ਭੁਗਤਣ ਦੀ ਗੱਲ ਕਰ ਰਿਹਾ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਬੜੇ ਮੈਸਮਿੰਦਾ ਸੂਝਵਾਨ ਲੀਡਰ ਨੇਗੇ ਔਰ ਪੰਜਾਬ ਦੇ ਮੁੱਖ ਮੰਤਰੀ ਨੇਗੇ ਉਹਨਾਂ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਸਖਤ ਮਿਹਨਤ ਜਿਹੜੀ ਆ ਪੂਰੇ ਪੰਜਾਬ ਸ਼ੁਰੂ ਕੀਤੀ ਹੋਈ ਹੈ ਜਿਵੇਂ ਸਰਪ ਲੋਕ ਵਿਧਾਇਕ ਜਾਂ ਐਮਪੀ ਜਾਂ ਮਹੱਲੇ ਦਾ ਐਮਸੀ ਜਿਹੜਾ ਚੁੰਨਦੇ ਉਹ ਤਾਂ ਚੁੰਨਦੇ ਨੇ ਕਿ ਉਹਨਾਂ ਦੇ ਕੰਮ ਹੋਣ ਸ਼ੀਤਲ ਅੰਗਰਾਲ ਨੇ ਇਹ ਵੀ ਸਵਾਲ ਸਤਾਤਰ ਤੇ ਚੁੱਕਤਾ ਉਹ ਕਹਿੰਦੇ ਕਿ ਇੱਥੇ ਵਿਧਾਇਕ ਦੀ ਸੁਣਦੇ ਨਹੀਂ ਵਿਧਾਇਕ ਦੇ ਆਖੇ ਕੰਮ ਨਹੀਂ ਕਰਦੇ ਉਹਨੇ ਮੈਂ ਤਾਂ ਇਸੇ ਗੱਲ ਤੋਂ ਅੱਕ ਕੇ ਇਹਨਾਂ ਤੋਂ ਕਿਨਾਰਾ ਕਰ ਗਿਆ ਵੀ ਮੈਂ ਆਪਦੇ ਇਲਾਕੇ ਤੇ ਕੰਮ ਨਹੀਂ ਕਰਾ ਸਕਦਾ ਉਹ ਕਹਿੰਦੇ ਤਾਂ ਕਰਕੇ ਮੈਨੂੰ ਛੱਡਣਾ ਪਿਆ ਦੇਖੋ ਪਿਛਲੇ 5 ਸਾਲ ਵੀ ਮੈਂ ਪੰਜਾਬ ਦੀ ਵਿਧਾਨ ਸਭਾ ਚ ਮੈਂਬਰ ਸੀ ਲੀਡਰ ਆਫ اپੋਜੀਸ਼ਨ ਸੀਗਾ ਹੁਣ ਵੀ ਲਗਾਤਾਰ ਪੰਜਾਬ ਸਰਕਾਰ ਚ ਬਤੌਰ ਵਿੱਤ ਮੰਤਰੀ ਆਪਣੀ ਸੇਵਾਵਾਂ ਨਿਭਾ ਰਿਹਾਗਾ ਲੋਕਾਂ ਦੀ ਸੇਵਾ ਕਰ ਰਿਹਾਗੇ ਔਰ ਜਿੰਨੇ ਸਾਡੇ ਇਲਾਕੇ ਦੇ ਸਵਾਲ ਹੁੰਦੇ ਸੀਗੇ ਪੁਰਾਣੀ ਸਰਕਾਰ ਨੂੰ ਤੁਸੀਂ ਕਵਰ ਕਰਦੇ ਰਹੋਗੇ ਸਭ ਤੋਂ ਵੱਧ ਸਵਾਲ ਕੌਣ ਲਾਉਂਦਾ ਸੀ ਵਿਧਾਨ ਸਭਾ ਦੇ ਅੰਦਰ ਅਸੀਂ ਲਾਉਂਦੇ ਸੀ ਸਾਡੇ ਚੁਣੇ ਹੋਏ ਵਿਧਾਇਕ ਲਾਉਂਦੇ ਸੀਗੇ ਔਰ ਉਸ ਸਮੇਂ ਵੀ ਸੀਗਾ ਸਾਡਾ ਇਤਿਹਾਸ ਆਮ ਆਦਮੀ ਪਾਰਟੀ ਦਾ ਕਿ ਜਿੰਨੇ ਸਵਾਲ ਲੱਗੇ 50% ਤੋਂ ਉੱਪਰ ਸਵਾਲ ਨੇ ਉਹ ਆਮ ਆਦਮੀ ਪਾਰਟੀ ਦੇ ਲੱਗੇ ਇਹ ਆਪਦਾ ਇੱਕ ਵੀ ਸਵਾਲ ਦਿਖਾ ਦਨ ਜਿਦਣ ਦੇ ਵਿਧਾਨ ਸਭਾ ਚ ਪੁੱਛਿਆ ਹੋਵੇ ਇੱਕ ਡਾਇਰੈਕਟਰ ਤੁਹਾਡੀ ਤੁਹਾਡੀ ਲੈਟਰ ਦਿਖਾ ਦੇਣ ਕਿ ਜੀ ਆਹ ਲੈਟਰ ਅਸੀਂ ਫਲਾਣੇ ਮੰਤਰੀ ਨੂੰ ਦਿੱਤਾ ਆਹ ਲੈਟਰ ਜਿਹੜਾ ਸੀਐਮ ਸਾਹਿਬ ਨੂੰ ਦਿੱਤਾ ਮੈਂ ਸਮਝਦਾ ਝੂਠ ਦਾ ਪਲੰਦਾ ਨੇ ਇਸੇ ਕਰਕੇ ਝੂਠ ਬੋਲਣ ਦੇ ਬਾਹਰ ਨੇ ਹਰ ਇੱਕ ਵਿਧਾਇਕ ਦਾ ਕੰਮ ਹੋ ਰਿਹਾ ਹਰ ਇੱਕ ਮੰਤਰੀ ਦਾ ਕੰਮ ਹੋ ਰਿਹਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਭ ਨੂੰ ਇੱਕ ਅੱਖ ਨਾ ਦੇਖ ਰਹੇ ਨੇ ਤੁਹਾਡੀ ਗੱਲ ਵਿੱਚ ਮੈਂ ਇੱਕ ਚੀਜ਼ ਸਮਝਣੀ ਚਾਹੂੰਗਾ ਤੁਸੀਂ ਜਦੋਂ ਵਿਰੋਧੀ ਧਿਰ ਦੇ ਵਿੱਚੋਂ ਤੋਂ ਸੱਤਾ ਧਿਰ ਚੋਂ ਪਹਿਲਾਂ ਵਿਰੋਧੀ ਧਿਰ ਦੇ ਵਿੱਚ ਵੀ ਤੁਸੀਂ ਧਰਨੇ ਵੀ ਲਾਉਂਦੇ ਰਹੇ ਕੰਮਾਂ ਨੂੰ ਲੈ ਕੇ ਸત્તાਧਰ ਦੇ ਤਾਂ ਹੁਣੇ ਆ ਵਿਰੋਧੀ ਧਰਚ ਹੁੰਦੇ ਆ ਤੁਸੀਂ ਆਪਦੇ ਹਲਕੇ ਦੇ ਆਪਦੇ ਇਲਾਕੇ ਦੇ ਕੰਮ ਕਰਵਾ ਲੈਂਦੇ ਸੀਗੇ ਜੇ ਤੁਸੀਂ ਕਰਵਾ ਲੈਂਦੇ ਸੀ ਤਾਂ ਫਿਰ ਉਹ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਵਿਰੋਧੀ ਤੇ ਤੁਹਾਡੇ ਹੁੰਦੇ ਰਹੇ ਕਿ ਨਹੀਂ ਹੁੰਦੇ ਸੀਗੇ ਦੇਖੋ ਜਦੋਂ ਮੈਂ اپੋਜੀਸ਼ਨ ਦੇ ਵਿੱਚ ਸੀਗਾ ਮੈਂ ਸਾਰੀ ਗੱਲ ਲਿਖ ਕੇ ਬਤੌਰ ਕੁਐਸਚਨ ਅਨਸਰ ਦੇ ਰੂਪ ਤੇ ਵਿਧਾਨ ਸਭਾ ਚ ਵੀ ਰੱਖਦਾ ਸੀਗਾ ਔਰ ਆਪਣੇ ਲੈਟਰਪੈਡ ਤੇ ਮੰਤਰੀ ਨੂੰ ਭੇਜਦਾ ਸੀ ਜਿਹੜੇ ਵੀ ਉਸ ਸਮੇਂ ਦੇ ਕੰਸਰਨ ਮੰਤਰੀ ਸੀਗੇ ਔਰ ਸਾਰੇ ਲਗਭਗ ਕੋਈ ਨਾ ਕੋਈ ਕੰਮ ਰਹਿ ਵੀ ਜਾਂਦਾ ਕਿ ਨਹੀਂ 100% ਨਹੀਂ ਹੁੰਦੇ ਪਰ ਲੇਕਿਨ ਅਸੀਂ ਉਸ ਸਮੇਂ ਕੋਸ਼ਿਸ਼ ਕਰਦੇ ਸੀ ਆਪਣੇ 100% ਕੰਮ ਕਰਾਉਣ ਦੀ ਸੋ ਅੱਜ ਵੀ ਅਸੀਂ ਕਰ ਰਹੇ ਹਾਂਗੇ ਸਾਨੂੰ ਆਪ ਵੀ ਇਹ ਨਹੀਂ ਹੈਗਾ ਕਿ ਅਸੀਂ ਮੰਤਰੀ ਆਪਣੇ ਵਿਧਾਇਕ ਆਪਣੇ ਹਲਕੇ ਨੂੰ ਛੱਡ ਦਾਂਗੇ ਪੂਰੇ ਹਲਕੇ ਦੇ ਹਰ ਇੱਕ ਪਿੰਡ ਦੇ ਹਰ ਇੱਕ ਵਲੰਟੀਅਰ ਦੇ ਨਾਲ ਹਰ ਇੱਕ ਸਰਪੰਚ ਦੇ ਨਾਲ ਪੰਜ ਦੇ ਖੁਦ ਜੁੜਿਆ ਹੋਇਆਗਾ ਸੋ ਇਹ ਤਾਂ ਤੁਹਾਡੀ ਆਪਣੀ ਕਮਿਟਮੈਂਟ ਆ ਕਿ ਤੁਸੀਂ ਆਪਣੇ ਹਲਕੇ ਲਈ ਕਿੰਨਾ ਸਮਾਂ ਦਿੰਦੇ ਹੋ ਆਪਦੇ ਪਰਿਵਾਰ ਲਈ ਕਿੰਨਾ ਸਮਾਂ ਦਿੰਦੇ ਹੋ ਪਾਰਟੀ ਲਈ ਕਿੰਨਾ ਸਮਾਂ ਦਿੰਦੇ ਹੋ ਇਹ ਆਪਣਾ ਮੈਂ ਸਮਝਦਾ ਵਿਅਕਤੀ ਵਿਸ਼ੇਸ਼ ਦਾ ਕਸੂਰ ਹੋ ਸਕਦਾਗਾ ਕਿ ਉਹਨੇ ਲੋਕਾਂ ਨੂੰ ਸਮਾਂ ਨਹੀਂ ਦਿੱਤਾ ਹੈਗਾ ਰੰਗਰਾਜ ਸਾਹਿਬ ਕੋਹਾੜਾ ਕੱਢ ਰਹੇ ਹੋ ਕਹਿੰਦੇ ਕਿ ਮੇਰੇ ਸਤਾ ਧਿਰਦਾ ਵਿਧਾਇਕ ਹੁੰਦਿਆਂ ਕੰਮ ਨਹੀਂ ਸੀ ਆਹ ਦੇਖੋ ਮੈਂ ਸਮਝਦਾ ਉਹਨਾਂ ਦੀ ਅਭਦੀ ਕੋਈ ਨਾ ਕੋਈ ਡਿਫਾਲਟ ਹੋਣਗੇ ਗਲਤੀ ਹੋਊਗੀ ਪਰ ਲੇਕਿਨ ਮੈਂ ਬੜੇ ਯਕੀਨ ਨਾਲ ਕਹਿੰਦਾਗਾ ਕਿ ਸਾਰੇ ਵਿਧਾਇਕਾਂ ਦੇ ਕੰਮ ਹੁੰਦੇ ਨੇ ਸਭ ਦੇ ਜਦੋਂ ਵੀ ਮੇਰੇ ਕੋਲੇ ਆਇਆਗਾ ਕਦੇ ਵੀ ਉਹ ਬਦ ਐਕਸਾਈਵਾਨ ਆਏ ਨਾ ਤੇ ਮੈਂ ਸਾਰੇ ਕੰਮ ਕੀਤੇ ਨੇ ਕਿ ਕਦੇ ਵੀ ਮੈਂ ਨਰਾਸ਼ ਨਹੀਂ ਹੋਇਆ ਹੈਗਾ ਜਿਹੜੇ ਮੇਰੇ ਲੈਵਲ ਦੇ ਹੁੰਦੇ ਸੀਗੇ ਸੋ ਮੈਂ ਸਮਝਦਾ ਇਹ ਸਭ ਝੂਟ ਦਾ ਪਲੰਦਾ ਹੈਗਾ ਸਾਰੇ ਹਲਕਿਆਂ ਦੇ ਕੰਮ ਹੋ ਰਹੇ ਨੇ ਕਿ ਇਹ 300 ਯੂਨਟ ਬਿਜਲੀ ਮੁਫਤ ਮਿਲ ਰਹੀ ਹੈ ਕੀ ਜਲੰਧਰ ਬਸ ਦੇ ਲੋਕਾਂ ਨੂੰ ਨਹੀਂ ਮਿਲ ਰਹੀ ਸਭ ਨੂੰ ਮਿਲ ਰਹੀ ਆ ਜੇ ਉਹਨਾਂ ਨੇ ਸੀਵਰੇਜ ਦਾ ਕੋਈ ਪ੍ਰੋਪੋਜ਼ਲ ਦਿੱਤਾ ਤਾਂ ਉਹ ਪਾਸ ਹੋਇਆਗਾ ਕਿ ਮੈਂ ਸਵੰਦਾ ਝੂਠ ਬੋਲ ਝੂਠ ਬੋਲਣ ਨਾਲ ਜਿਹੜੀ ਆ ਉਹ ਨਹੀਂ ਕਹਿੰਦੇ ਝੂਠ ਬੋਲਣਾ ਸੱਚਲੀ ਹੋ ਜਾਂਦਾ ਸੱਚ ਸੱਚ ਹੁੰਦਾ ਝੂਠ ਝੂਠ ਹੁੰਦਾਗਾ ਸੋ ਇੱਕ ਚੀਜ਼ ਹੋਰ ਅਸਕੇ ਦੇ ਲੋਕ ਡਿਸਾਈਡ ਕਰਨਗੇ ਔਰ ਬੁਰੀ ਤਰ੍ਹਾਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਊਗਾ ਇੱਕ ਚੀਜ਼ ਹੋਰ ਦੱਸੋ ਜਦੋਂ ਉਹ ਤੁਹਾਡੇ ਨਾਲ ਸੀ ਉਦੋਂ ਆਪਰੇਸ਼ਨ ਲੋਟਸ ਵੇਲੇ ਵੀ ਰੌਲਾ ਪਾਉਣ ਵਾਲੇ ਸ਼ੀਤ ਲੰਗਰਾਲ ਸੀ ਹੁਣ ਉਧਰ ਬੈਠੇ ਹੁਣ ਉਧਰੋਂ ਰੌਲਾ ਪਾ ਰਹੇ ਨੇ ਕੀ ਕਾਰਨ ਹੈ ਸਾਰੀਆਂ ਘਟਨਾਵਾਂ ਉਹਨਾਂ ਨਾਲ ਹੀ ਵਾਪਰ ਜਾਂਦੀਆਂ ਆ ਕਿ ਕੋਈ ਨਾ ਕੋਈ ਹੈ ਗੜਬੜ ਦੇਖੋ ਇਹ ਤਾਂ ਹਲਕੇ ਦੇ ਲੋਕ ਫੈਸਲਾ ਕਰਨਗੇ ਕਿ ਉਹਨਾਂ ਨੇ ਕੀ ਵਾਪਰਦਾ ਕੀ ਨਹੀਂ ਵਾਪਰਦਾ ਪਰ ਮੈਂ ਯਕੀਨ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ 'ਚ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗੋਈ ਚ ਕੰਮ ਕਰ ਰਹੀ ਹੈ ਅੱਛਾ ਮੁਕਾਬਲਾ ਕਿਸ ਦੇ ਨਾਲ ਦੇਖਦੇ ਹੋ ਇੱਕ ਪਾਸੇ ਕਾਂਗਰਸ ਕਿਉਂਕਿ ਚਰਨਜੀਤ ਸਿੰਘ ਚੰਨੀ ਹੁਣੇ-ਹੁਣੇ ਪਾਰਲੀਮੈਂਟ ਚੋਂ ਜਿੱਤੇ ਆ ਉਹਨਾਂ ਨੇ ਵੱਡਾ ਮਾਰਜਿਨ ਥੋ ਲਿਆ ਤੇ ਉਧਰ ਚੰਨੀ ਸਾਹਿਬ ਦੇ ਹੌਸਲੇ ਚ ਬੀਬੀ ਸੁਰਿੰਦਰ ਕੌਰ ਹੁਣ ਵੀ ਕਾਫੀ ਹੌਸਲੇ ਚ ਨਜ਼ਰ ਆਉਂਦੇ ਨੇ ਉਹਨਾਂ ਨੇ ਤਾਜੀ-ਤਾਜੀ ਵੋਟ ਵਧੀ ਆ ਬੇਸ਼ੱਕ ਅਕਾਲੀ ਤੇ ਭਾਵੇਂ ਸਮਝ ਪਾਰਟੀਆਂ ਚਲੋ ਤੁਸੀਂ ਅਲੱਗ ਕਰਕੇ ਦੇਖ ਲਓ ਤੇ ਭਾਜਪਾ ਦਾਵਾ ਕਰਦੀ ਆ ਵੀ ਅਸੀਂ ਕਿਤਨਾ ਕਿਤੇ ਸੀਟ ਤੇ ਰਹੇ ਆ ਵਾਪਸ ਲੈਣੀ ਆ ਕੀ ਲੱਗਦਾ ਮੁਕਾਬਲਾ ਕੀ ਰਹਿ ਸਕਦਾ ਹਾਲਾਤ ਕੀ ਰਹਿ ਸਕਦੇ ਆ ਮੁਕਾਬਲਾ ਇੱਕ ਤਰਫਾ ਜੀ ਬਿਲਕੁਲ ਵਨ ਸਾਈਡ ਗੇਮ ਆ ਲੋਕਾਂ ਨੂੰ ਪਤਾ ਹੈਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਲਈ ਕੰਮ ਕਰਦੀ ਆ। ਆਉਣ ਵਾਲੇ 3 ਸਾਲ ਹੋਰ ਸਰਕਾਰ ਨੇ ਕੰਮ ਕਰਨੇ ਨੇਗੇ। ਸੋ ਆਪੋਜੀਸ਼ਨ ਜਿੰਨੀ ਤੇ ਰਣੇ ਚਾ ਕਾਂਗਰਸ ਆ ਚਾ ਬੀਜੇਪੀ ਆ ਉਹ ਜ਼ਮਾਨਤ ਉਹਨਾਂ ਦੀ ਜਬਤ ਹੋਊਗੀ। ਜੀ ਮਸਾਬ ਜਲੰਧਰ ਪੱਛਮੀ ਦੇ ਨਾਲ ਨਾਲ ਅੱਜ ਇੱਕ ਹੋਰ ਖਬਰ ਚੱਲ ਰਹੀ ਆ ਕਿ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਕਿਸੇ ਨੂੰ ਵੀ ਲੋਕ ਫਤਵਾ ਦੇ ਸਕਦੇ ਆ। ਅਮਰਤਪਾਲ ਸਿੰਘ ਖਾਲਸਾ ਨੂੰ ਫਤਵਾ ਦਿੱਤਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਚੁਣਿਆ। ਅੱਜ ਉਹਨਾਂ ਨੇ ਸੌਹ ਚੁੱਕੀ ਆ। ਸੌਹ ਚੁੱਕ ਲਈ ਆ ਉਹਨਾਂ ਨੇ ਬੇਸ਼ੱਕ ਕਾਫੀ ਬੰਦਸ਼ਾਹਨਾਂ ਤੇ ਰਹੀਆਂ ਕਿਵੇਂ ਦੇਖਦੇ ਆ। ਅਹ ਦੇ ਕੋ ਮਸਵੰਦਾ ਜਿਹੜਾ ਵੀ ਚੁੜਿਆ ਹੋਵੇ ਨਮਾਇੰਦਾਗਾ ਜਿਹੜੀ ਵੀ ਇਲੈਕਸ਼ਨ ਲਈ ਚੁੜਿਆ ਜਾਂਦਾਗਾ ਉਹਦਾ ਸੌ ਚੁਕਣਾ ਉਹਨੂੰ ਸੰਵਿਧਾਨ ਦੇ ਮੁਤਾਬਕ ਜੋ ਸੰਵਿਧਾਨ ਨੇ ਸ਼ਕਤੀਆਂ ਦਿੱਤੀਆਂ ਨੇਗੀਆਂ ਉਹ ਕੰਮ ਕਰਨਾ ਹੁੰਦਾ ਮੈਂ ਸਮਝਦਾ ਅੱਜ ਉਹਨਾਂ ਨੇ ਪਹਿਲੀ ਵਾਰ ਸੰਵਿਧਾਨ ਦੇ ਸਾਹਮਣੇ ਸੌ ਚੁੱਕੀ ਆ ਔਰ ਸੰਵਿਧਾਨ ਦੀ ਸੌ ਚੁੱਕੀ ਆ ਕਿ ਮੈਂ ਭਾਰਤੀ ਸੰਵਿਧਾਨ 'ਤੇ ਯਕੀਨ ਰੱਖਦਾਗਾ ਸੋ ਉਹ ਸੰਵਿਧਾਨ ਦੇ ਮੁਤਾਬਕ ਕੰਮ ਕਰਨਗੇ ਔਰ ਕੋਈ ਵੀ ਅਨਲੌਫਲ ਐਕਟੀਵਿਟੀ 'ਚ ਭਾਗ ਨਹੀਂ ਲੈਣਗੇ ਔਰ ਪੰਜਾਬ ਲਈ ਕੰਮ ਕਰਦੇ ਨੇ ਕਿ ਪੰਜਾਬ ਦੀ ਆਵਾਜ਼ ਜਿਹੜੀ ਆ ਉਹ ਪਾਰਲੀਮੈਂਟ 'ਚ ਪੰਜਾਬ ਦੇ ਮੁੱਦਿਆਂ ਤੇ ਉਠਾਉਂਦੇ ਰਹਿਣਗੇ